ਗੜਵਾਲ ਔਰ ਕੋਗੜਮੜ ਪਿੰਗਰ ਬੈਂਸ ਦਾ ਛੋਟੇ ਛੋਟੇ ਕਾਰਜਕ੍ਰਮ ਅਸੀਂ ਕੀਤੇ ਲੇਕਿਨ ਇਹਦਾ ਆਖਦਾ ਹਾਂ ਕਿ ਇੱਕ ਗੱਲ ਹੀ ਕਿ ਬਾਈ ਟਿਕਟ ਦੇ ਬਾਅਦ ਨਹੀਂ ਆਏ ਤੇ ਮੈਂ ਕਿਹਾ ਚਲੋ ਟਿਕਟ ਦੇ ਬਾਅਦ ਵੀ ਅੱਜ ਮੈਂ ਆਈ ਹਾਂ ਜਿਸੇ ਆਪਾਂ ਫਲਾਇੰਗ ਟੂ ਹੁੰਦਾ ਨਾ ਚੱਕਰ ਉੜਦਾ ਉੜਦਾ ਦੌਰਾ ਤੁਹਾਡੀ ਹੱਥ ਲਾਈਏ ਮੈਂ ਜਾਵਾਂਗੇ ਇੱਥੇ ਚੁਣਾਵ ਦੇ ਬਾਅਦ ਆਓਗੇ ਔਰ ਬੈਠੀ ਇੱਕ ਵਿਸਤ੍ਰਿਤ ਜਿਸੇ ਆਪਾਂ ਕਾਰਜਕ੍ਰਮ ਕਰੀਏ ਲੇਕਿਨ ਇੱਕ ਮੇਰਾ ਸੰਦੇਸ਼ ਇੱਕ ਮੇਰਾ ਸੁਨੇਹਾ ਮੇਰੇ ਸੁਣਾਈ ਮਜਬੂਰੀ ਮੇਰੀ ਕਿ ਯੋਗੀ ਮਹਾਰਾਜ ਆਈਏ ਰਾਮਨਗਰ ਦੀ ਬੁਲਾਇਆ ਉੱਥੇ ਰਾਮਨਗਰ ਉਹਨੇ ਸ਼ਾਇਦ ਪਰਸੋਂ ਉਹ ਮੇਰੇ ਏਰੀਏ 'ਚ ਵੀ ਭਜਾਲਦੇ ਹੋ ਤਾਂ ਤੁਸੀਂ ਸਾਰੇ ਸੱਦਣਾ ਮੈਂ ਉੱਥੇ ਤੋ ਮੇਰਾ ਇੱਕ ਵਿਸ਼ੇਸ਼ ਸੁਨੇਹਾ ਇੱਕ ਤੁਸੀਂ ਜਿਹੜਾ ਸਾਰੇ ਹੀ ਦੇਣਾ ਉਹ ਵਿਸ਼ੇਸ਼ ਸੁਨੇਹਾ ਕੀ ਹੈ ਕਿ ਭਾਈ ਵੋਟ ਮੋਦੀ ਕੀ ਵੋਟ ਭਾਰਤੀ ਜਨਤਾ ਪਾਰਟੀ ਕੀ ਵੋਟ ਆਪਣੇ ਆਪ ਕੀ ਇਹ ਬੜੀ ਮੁਸ਼ਕਿਲ ਕਰਨੇ ਬੜਾ ਦੁੱਖ ਬੜੀ ਤਕਲੀਫ਼ ਬੜੀ ਪਰੇਸ਼ਾਨੀਆਂ ਅਸੀਂ ਲੋਕਾਂ ਝੇਲੀਆਂ ਇਸ ਖੇਤਰ ਇਸ ਇਲਾਕੇ ਮੈਨੂੰ ਯਾਦ ਹੈ ਮੈਂ ਜਦੋਂ 2014 ਚ ਵਿਧਾਇਕ ਬਣਿਆ ਤੇ ਇੱਥੇ ਆਉਣਾ ਬੜੀ ਵੱਡੀ ਫਾਈ ਹੁੰਦੀ ਪੁੱਜਣਾ ਵਿੱਚ ਪਹਿਲੇ ਸਲੋਵਾ ਗੱਡੀ ਕਿਤੇ ਚੜ੍ਹ ਗਈ ਉੱਪਰ ਔਰ ਜਿਉਂ ਮੇਰਾ ਵਿਧਾਇਕੀ ਦਾ ਕਾਰਜਕਾਲ ਖਤਮ ਹੋਣ ਵਾਲਾ ਹੋਇਆ ਤੇ ਬਿਲਕੁਲ ਭਲਿਆ ਕਿ ਖੱਡ ਬਣੀ ਬਿਲਕੁਲ ਕਿਉਂਕਿ ਪਤਾ ਲੱਗਿਆ ਕਿ ਕੁਛ ਸੜਕ ਵੀ ਲੋਕਲ ਤੇ ਠੇਕੇਦਾਰ ਵੀ ਲੋਕਲ ਤੇ ਲੁੱਕ ਵੀ ਭਾਈ ਲੋਕਲ ਹੀ ਆ ਕਿਉਂਕਿ ਜਿਲ੍ਹੇ ਵਰਖਾ ਪਾਉਂਦੀ ਤੇ ਲੁੱਕ ਪੁੱਜਦੀ ਖੱਡਾ ਤੇ ਲੁੱਕ ਉੱਥੋਂ ਖੜੋਣੀ ਲੇਕਿਨ ਆਖਿਰਕਾਰ ਇਸੀ ਸੜਕਾਂ ਕੀ ਵੀ 2008 ਦਾ ਟੈਂਡਰ ਹੈ 2008 ਦੇ ਰੇਟ ਪਰ ਲੁੱਕ ਪਾਈ ਦਿੱਤੀ ਦੀ ਪਤਲੀ ਹੈ ਭਾਵੇਂ ਨਿਕਲਾ ਦੀ ਹੈ ਹੁਣ ਦੁਬਾਰਾ ਕਰਾਂਗੇ ਇਹਦਾ ਮੈਂ ਪਿਛਲੀ ਵਾਰੀ ਵੀ ਗਲਾਈ ਗਿਆ ਤੁਸੀਂ ਕਿ 8 ਦੇ ਟੈਂਡਰ ਕਰਨੇ ਪਾਈ ਦਿੱਤੀ ਹੁਣ ਦੁਬਾਰਾ ਅਸੀਂ 5 ਸਾਲ ਬਾਅਦ ਇਹਦਾ ਡਿਫੈਕਟ ਲਾਇਬਿਲਟੀ ਪੀਰੀਅਡ ਹੋਈ ਇਹਦਾ ਤਕਰੀਬਨ ਜਲਦੀ ਹੋਈ ਹੈ ਨਾ ਬਿਲਕੁਲ ਪ੍ਰੋਪਰ ਕਰੀਏ ਤੇ ਡੰਗਾ ਨਾਲੀ ਪੁਲੀ ਉਸਨੇ ਬੜੀ ਖਿੱਚ ਮਾਰੀ ਦਿਸੇ ਕੋ ਰੋਡ ਕਮ ਸੇ ਕਮ ਪਹਿਲੇ ਪਜਾਈ ਦੇ ਫਿਰ ਰੋਡ ਦੀ ਲੁੱਕ ਪਾਉਣੇ ਦਾ ਕੰਮ ਕੀਤਾ ਉਹ ਜਿਹੜਾ ਸਲੋਵੇ ਕੋਲ ਉੱਪਰ ਹੈ ਜਿਹੜਾ ਪਾਰਟ ਹੈ ਉਸੇ ਨਵਾਰਡ ਦੇ ਵਿੱਚ ਅਸੀਂ ਬਣਾਇਆ ਮੈਂ ਤੇ ਨਹੀਂ ਮੇਰੀ ਘਰ ਵਾਲੀ ਉਸ ਦਿਨ ਆਈ ਦੀ ਸੀ ਜੂਹੀ ਜਿਹੜੀ ਵਾਈਸ ਚੇਅਰਮੈਨ ਜ਼ਿਲ੍ਹਾ ਵਿਕਾਸ ਪਰਿਸ਼ਦ ਦੀ ਉਸਨੇ ਗਾਈਏ ਚਲਾਈ ਸੀ ਸੜਕੇ ਵੀ ਇਸ ਦੇ ਇਲਾਵਾ ਵੀ ਇੱਥੋਂ ਦੀ ਜਲ ਜੀਵਨ ਮਿਸ਼ਨ ਦੀ ਜਿਹੜੀ ਮੇਨ ਜਿਹੜੀ ਸਕੀਮ ਜਾਂ ਮਨਵਾਲ ਕੋਲੋਂ ਪਿੰਗਰ ਵਾਲੀ ਸੜਕ ਜਾਂ ਥੱਲੋਂ ਜਿਹੜੀ ਕੌਵੇ ਦਾ ਉੱਪਰ ਪਿੰਗਰੇ ਆਵਾ ਦੀ ਸੜਕ ਹੁਣ ਮੰਗ ਹੈ ਕਿ ਅਸੀਂ ਉੱਪਰ ਤੇ ਮੇਲਣਾ ਲੇਕਿਨ ਬੈਂਸ ਦਾ ਇੱਕ ਲਿੰਕ ਵੀ ਅਸੀਂ ਕਵਰ ਕਰਨਾ ਉੱਥੇ ਮੇਨ ਮੋੜਾ ਬੈਂਸ ਦਾ ਬੈਂਸ ਨੇ ਕਨੈਕਟੀਵਿਟੀ ਮਿਲਾ ਦੇਣੀ ਤੋ ਮੇਰਾ ਆਖਰੇ ਦਾ ਮਕਸਦ ਇਹ ਹੈ ਕਿ ਇਸ ਇਲਾਕੇ ਦੀ ਬਹੁਤ ਇੱਕ ਜਿਸੀ ਆਖੋ ਆਪਣੀ ਇੱਕ ਖਾਸ ਔਰ ਬਹੁਤ ਹੀ ਦਰੀਨਾ ਇੱਕ ਪਰੇਸ਼ਾਨੀਆਂ ਨੇ ਇੱਥੇ ਇਹਨੇ ਪਰੇਸ਼ਾਨੀਆਂ ਹੀ ਦੂਰ ਕਰਨੇ ਨਹੀਂ ਘਰ ਘਰ ਮੋੜਾ ਮੋੜਾ ਜਗ੍ਹਾ ਜਗ੍ਹਾ ਧੱਕੀ ਧੱਕੀ ਸਹੀ ਹੈ ਮੈਨੂੰ ਯਾਦ ਨਹੀਂ ਹੈ ਕਿ ਮੈਂ ਕੋਈ ਇਲਾਕਾ ਕੋਈ ਦੇਖਿਆ ਨਹੀਂ ਹੋਣਾ ਇੱਥੇ ਮੈਂ ਪੈਦਲ ਥੱਲੋਂ ਵੀ ਆਇਆ ਨਾ ਮੈਂ ਖੱਲਾ ਬੈਂਸ ਦਾ ਜਿਹੜੀ ਢੱਕੀ ਹੈ ਤੁਹਾਡੀ ਉਹ ਫੋਟੋ ਬ੍ਰਿਜ ਕੋਲ ਉਧਰੋਂ ਵੀ ਆਇਆ ਨਾ ਮੈਂ ਆਪਣੇ ਘਰਾਂ ਵੀ ਪੈਦਲ ਕਿੰਨੇ ਵਾਰੀ ਆਇਆ ਨਾ ਇੱਥੇ ਤੇ ਮੈਂ ਰਾਮਨਗਰਾਂ ਵੀ ਪੈਦਲ ਕਿੰਨੇ ਵਾਰੀ ਆਇਆ ਨਾ ਤੇ ਇੱਥੋਂ ਪੈਦਲ ਰਾਂਗਾ ਵਿੱਚ ਕਿੰਨੀ ਦੌੜ ਤੇ ਸੋਨੇ ਵਿੱਚ ਕਿੰਨੀ ਦੌੜ ਕੱਢੀ ਦੀ ਇੱਥੇ ਤੇ ਮੇਰੇ ਸਾਥੀ ਜੀ ਆਖਾ ਵੀ ਤੁਸੀਂ ਕਿ ਅੱਜ ਜਿਵੇਂ ਬਰਸਾਤ ਹੁੰਦੀ ਆ ਜਾਂਦੇ ਨਾ ਅੱਜ ਬੜੇ ਬੜੇ ਲੋਕ ਆਵਾਦੇ ਇੱਥੇ ਔਰ ਕੋਈ ਝੂਠ ਦੇ ਨਾਂ ਪਰ ਕੋਈ ਜਾਤ ਦੇ ਨਾਂ ਪਰ ਕੋਈ ਮਜ਼ਹਬ ਦੇ ਨਾਂ ਪਰ ਕੋਈ ਖੇਤਰ ਦੇ ਨਾਂ ਪਰ ਅਸੀਂ ਵੰਡ ਨਹੀਂ ਆਵਾਦਾ ਮੈਂ ਹਰ ਜਗ੍ਹਾ ਆਖਿਆ ਕਿ ਇਹ ਜਿਹੜੇ ਲੋਕ ਅਸੀਂ ਜਿਹੜੇ ਵੰਡ ਨਹੀਂ ਆਵਾਦੇ ਨੇ ਪਹਿਲੀ ਤਰੀਕਾ ਬਾਅਦ ਕੁਛ ਨੇ ਨਹੀਂ ਲੱਭਣਾ ਔਰ ਸਾਡੀ ਇਹ ਤਰੱਕੀ ਨਹੀਂ ਤਰੱਕੀ ਕਰਨੇ ਆਵਾਦੇ ਨੇ ਸਾਡੀ ਉੱਥੇ ਅਸ ਵੰਡੋਗੇ ਅਗਰ ਤੇ ਤਾਂ ਸਾਡੀ ਤਰੱਕੀ ਤੇ ਜੇ ਇਕੱਠੇ ਰਹੋਗੇ ਤਾਂ ਸਾਡੀ ਤਰੱਕੀ ਹੋਈ ਬੜਾ ਮੋਟਾ ਮੋਟਾ ਪ੍ਰਿੰਸੀਪਲ ਹੈ ਮੋਟਾ ਮੋਟਾ ਇੱਕ ਜਿਸੇ ਕੋਈ ਅਸੂਲ ਹੈ ਕਿ ਕੰਮ ਕਰਨਾ ਕਰਨਾ ਜਾਂ ਕਰਾਉਣਾ ਤੇ ਤਾਂ ਭਾਰਤੀ ਜਨਤਾ ਪਾਰਟੀ ਤੇ ਤਾਂ ਨਰਿੰਦਰ ਮੋਦੀ ਜੀ ਤੇ ਤੁਹਾਡਾ ਆਪਣਾ ਆਪਣਾ ਵਿਧਾਇਕ ਭਾਈ ਮੈਂ ਇਹ ਕਈ ਵਾਰੀ ਪੈਦਲ ਆਇਆ ਨਾ ਇੱਥੋਂ ਮੈਂ ਤੁਸੀਂ ਪਿਛਲੀ ਵਾਰੀ ਵੀ ਸੁਣਾ ਦਾ ਕਿ ਆਪਣੇ ਘਰਾਂ ਦੇ ਪੈਦਲ ਆਉਣਾ ਤੇ ਘੋਗੜ ਮੜਾ ਪਨੀਰੀ ਲਈਏ ਘਰੇ ਜਾਣਾ ਉੱਥੋਂ
ਤੁਸ ਪੈਦਲ ਮੇਰੇ ਘਰ ਆਈ ਸਕਦੇ ਹੋ, ਬੇੜਾ ਆਖੀ ਲਓ ਮੇਰਾ ਜਾਂ ਪਚਵਾੜਾ ਆਖੀ ਲਓ, ਜੀਆਂ ਤੁਸੀਂ ਆਖਣਾ, ਮੈਂ ਵੀ ਧਾਰ ਰੋਡ ਤੇ, ਤੁਸੀਂ ਵੀ ਧਾਰ ਰੋਡ, ਬਲਕਿ ਮੇਰੇ ਗ੍ਰਾਂ ਦੇ ਤੁਹਾਡੇ ਗ੍ਰਾਂ ਦਾ ਬੰਨਾ ਵੀ ਲੱਗਦਾ, ਕੋਈ ਜ਼ਿਆਦਾ ਦੂਰ ਵੀ ਨਹੀਂ ਹੈ ਇੱਥੋਂ। ਅੱਜ ਇਹ ਸੜਕ ਜਿਹਨੇ ਚੱਲਦੀ ਹੈ, ਧਰਮ ਚਾਦਰ ਚੱਲੀਏ ਤੇ ਬਜ਼ੁਰਗ ਨੇ ਇੱਥੋਂ ਦੇ ਬਾਰ ਬਾਰ ਗਲਾਉਂਦੇ ਸੀ, ਮੜੇ ਤੁਸੀਂ ਕਦੋਂ ਨਰਸਿੰਘੇ ਕਦੋਂ ਬਣਾਉਣੀ ਹੈ ਸੜਕ। ਮੇਰਾ ਮਿਸ਼ਨ ਹੈ ਕਿ ਕਜੂਰਪੁਰਾ ਜਿਹੜੀ ਸੜਕ ਹੈ ਘੋਗਲ ਮੰਡ ਲੈ ਕੇ ਜਾਣੀ ਉੱਥੇ, ਉਹ ਰਹਿਣੀ ਹੈ ਬਿਲਕੁਲ, ਇੱਥੇ ਕੋਈ ਐਸੀ ਗੱਲ ਨਹੀਂ ਹੈ, ਤਾਂ ਕਿ ਧਾਰ ਰੋਡ ਕਨੇ ਕਨੈਕਟੀਵਿਟੀ ਹੋਏ। ਤੋਂ ਬਾਰ ਬਾਰ ਆਖਦੇ ਬਾਰੇ ਕਦੋਂ ਮੰਨੀ, ਮੈਂ ਕਿਹਾ ਪਹਿਲੇ ਬਨਵਾਲ ਤਾਂ ਜੂਰ ਕੇ ਠੀਕ ਨਹੀਂ ਹੈ, ਪਹਿਲੇ ਪਲਾਸਾਂ ਪਿੰਗਰ ਕੇ ਠੀਕ ਨਹੀਂ ਹੈ, ਪਹਿਲੇ ਇਹ ਠੀਕ ਹੋ ਕੇ ਫਿਰ ਰੋਕ ਲਓ। ਤੋ ਮੇਰਾ ਮਤਲਬ ਹੈ ਕਿ ਮੇਰਾ ਸਨੇਹਾ ਸਾਰੀ ਦੇ ਦੇਣਾ, ਮਤ ਰੰਗ ਚ ਭੰਗ ਪਾਣ ਦੀ ਵੋਟ, ਮੈਂ ਬੜੇ ਵਿਸ਼ਵਾਸ ਕਨੇ ਆਖਾਂ ਨਾ ਮਾਤਾ ਪਿੰਗਲੇ ਦੇ ਦਰਬਾਰ ਖੋਲ ਦਾ, ਵੋਟ ਮੇਰੇ ਗਏ ਹੋਣੇ ਇੱਥੋਂ, ਔਰ ਵੋਟ ਮੋਦੀ ਸਾਹਿਬ ਕੀ ਪਾਣੇ ਲੋਕ ਉੱਥੇ, ਲੇਕਿਨ ਇੱਕ ਕੋਸ਼ਿਸ਼ ਕਰਨੀ ਕਿ ਇੱਕ ਇੱਕ ਵੋਟ ਪਾ, ਔਰ ਇੱਕ ਖਿੰਡ ਪਿੰਡ ਨਹੀਂ ਹੋਏ ਇੱਥੇ। ਮੈਂ ਸੁਣਿਆ ਕਿ ਸਾਥੀ ਆਏ ਦੇ ਭੈਣ ਸਾਰੇ ਗ੍ਰਾਂ ਦੇ ਅੰਦਰ ਰਹਿੰਦੇ ਅੱਜਕੱਲ ਉਧਮਪੁਰ, ਤੋਂ ਆਦੇ ਉਧਮਪੁਰ ਦਾ ਬਣਾ ਤੇ ਅਸੀਂ ਸੌਖ ਹੋ ਜਾਣੀ ਕੋਈ ਦੋ ਚਾਰ ਚਾਰ ਆਦਮੀ ਭਾਈ, ਉਹਨੇ ਪੁੱਛਣਾ ਮੈਂ ਆਪਣੇ ਮਾਧਿਅਮ ਕਰਨੇ ਕਿ ਸਾਲ 30-35 ਆਖਦੇ ਵੀ ਪਾਰਟੀ ਚ ਉਹਦੇ ਕਿੰਨੀ ਸੌਖ ਕਿੰਨੇ ਕੰਮ ਕਰਾਏ ਤੁਸੀਂ ਇਹਦੇ ਕੋਲ, ਆਪਣੇ ਗ੍ਰਾਂ ਤੇ ਦੱਸੋ ਨਾ, ਅਗਰ 35 ਕੰਮ ਦੱਸਣ ਪੂਰੇ 35 ਬਾਰੇ ਕੀਤੇ ਹੁੰਦੇ ਨੇ, ਇੱਥੇ ਨੀ ਪੂਰੇ ਜ਼ਿਲ੍ਹੇ ਦੱਸੀ ਰੋਕੇ ਲਈ, ਜਿਹੜੇ ਜੋ ਦੋ ਤਿੰਨ ਲੋਕ ਆਵਾਜ਼ ਹੋਣ ਦੀ ਸਿਫਾਰਿਸ਼ ਕਰਦੇ ਦੱਸੋ ਵੀ ਤੁਸੀਂ ਤੁਹਾਡੀ ਅੱਗੇ ਇੰਡੇ ਕਨੇ ਵਾਕਫੀ ਸੀ, ਇਹ ਉਧਮਪੁਰ ਦੇ ਚੇਅਰਮੈਨ ਹੈ, ਮਿਊਨਸੀਪੈਲਿਟੀ ਦੇ ਪਾਰਟੀ ਦੇ ਵਾਈਸ ਪ੍ਰੈਜੀਡੈਂਟ ਰਹੇ, ਪ੍ਰੈਜੀਡੈਂਟ ਰਹੇ, ਜਨਰਲ ਸੈਕਟਰੀ ਰਹੇ, ਕੋਈ ਇੱਕ ਕੰਮ ਦੱਸੋ, ਕੋਈ ਇੱਕ ਪੱਥਰ ਲਾਇਆ ਦੋ ਇੱਥੇ ਕਦੇ, ਕੋਈ ਦੂਜੇ ਜਿਹੜੇ ਸੁਣਾਇਆ ਨੇ ਮੇਰੇ ਕੋਲ ਆਪਣੇ ਗ੍ਰਾਂ ਨੀ ਪੱਥਰ ਲਾਇਆ, ਇੱਥੇ ਕੀ ਬਣ ਵਿਚਾਰੇ ਕਮਲ ਉੱਥੋਂ। ਤੋ ਵੋਟ ਵੰਡਿਓ ਨੀ, ਵੋਟ ਵੰਡਿਓ ਨੀ, ਵੋਟ ਵਨ ਸਾਈਡ ਪਾਣਾ, ਔਰ ਇੱਕ ਇੱਕ ਵੋਟ ਭਾਰਤੀ ਜਨਤਾ ਪਾਰਟੀ ਕੀ ਪਾਣਾ, ਔਰ ਕੋਈ ਮੈਂ ਨੀ ਲੱਗਦਾ, ਮੈਂ ਸਾਰੇ ਖੇਤਰ ਸਾਰੇ ਇਲਾਕੇ ਗਿਆ, ਇੰਨੇ ਲੋਕ ਇਕੱਠੇ ਕਰ ਲੈਂਦੇ ਨੇ, ਮੈਂ ਵੀ ਆਖਣਾ ਤੁਸੀਂ ਵੀ ਆਪਣੇ ਘਰਾਂ ਜਨਾਨੀ ਲਿਆਓ ਤੇ ਨਾਰੇ ਮਾਰਦੇ 2-4-5-10, ਉਹਦੇ ਕੁਛ ਹੁੰਦਾ ਨੀ ਹੈ। ਇਹ ਭਾਰੀ ਲੀਡ ਔਰ ਭਾਰੀ ਅਕਸਰੀਅਤ ਕਨੇ ਭਾਰਤੀ ਜਨਤਾ ਪਾਰਟੀ ਨੇ ਸੀਟ ਜਿੱਤਣੀ ਹੈ, ਮੈਂ ਤੁਸੀਂ ਸੁਣਾਈ ਗਿਆ ਔਰ ਇਹ ਜਿਹੜੀ ਲੀਡ ਹੈ, ਇਹ ਜਿਹੜੀ ਭਾਰੀ ਅਕਸਰੀਅਤ ਮੈਂ ਤੁਸੀਂ ਗਲਾਨਾ ਕਿ ਇਸ ਅਕਸਰੀਅਤ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਵੀ ਸਰਕਾਰ ਬਣਨੀ ਹੈ, ਅੱਜ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਬਣਨੇ ਯਾਦ ਹੈ, ਅੱਜ ਮੋਦੀ ਸਾਹਿਬ, ਯੋਗੀ ਸਾਹਿਬ, ਅਮਿਤ ਸ਼ਾਹ ਸਾਹਿਬ ਗ੍ਰਾਂ ਗ੍ਰਾਂ ਫਿਰਾ ਦੇ ਲੋਕੀ ਜਾਗਰਿਤ ਕਰਨ ਦੇ ਮਤ ਪਾਏ ਹੋਏ ਨੇ, ਔਰ ਇਹ ਮੇਰੀ ਗੱਲ ਧਿਆਨ ਨਾਲ ਸੁਣਿਓ, ਇੱਕ ਤੇ ਉਹ ਗਠਬੰਧਨ ਹੈ NC ਕਾਂਗਰਸ ਤੇ ਟਰੱਕ ਜਿਹੜੇ ਗਲਾ ਦੇਣ ਕਿ ਧਾਰਾ 370 ਵਾਪਸ ਕਰਨੀ ਹੈ, ਲੇਕਿਨ ਸਾਡੇ ਇੱਥੇ ਇਹ ਜਿਹੜੇ ਮਸ਼ੀਨ ਚਲਾ ਦੇਣ, ਮਸ਼ੀਨ ਵੀ ਹੋਏ ਤੇ ਵੀ ਤਰੇ ਹੋਏ, ਇਹ ਹੁੰਦਾ ਕਿ ਪਾਰਟ ਹੈ, ਤੁਸੀਂ ਸੁਣਿਆ ਹੁੰਦਾ ਬਿਆਨ, ਉਹਦਾ ਇੱਕ ਨੇਤਾ ਆਖਾ ਦਾ ਜਿੱਤੇ ਅਗਰ ਅਸੀਂ NC ਚ ਜਾਣਾ, ਉੱਥੇ ਉਹਦੀ ਸਪੋਰਟ ਕਰਨੇ, ਉਹਦੇ ਸਾਥ ਕਰਨੇ, ਉਹਦੇ ਸਮਰਥਨ ਕਰਨੇ ਕਿ ਚੁਣਾਵ ਲੜਦਾ। ਅੱਜ 5 ਅਗਸਤ 2019 ਬਾਅਦ ਮੇਰੇ ਸਾਥੀ ਆਖਿਆ ਇੱਥੇ ਕਿ ਇਹ ਚੁਣਾਵ ਨਹੀਂ ਹੈ, ਇੱਕ ਤਰੀਕੇ ਦੀ ਰਾਏਸ਼ੁਮਾਰੀ ਹੈ ਕਿ ਕਿਆ ਧਾਰਾ 370 ਠੀਕ ਗਈ ਕਿ ਗਲਤ ਗਈ, ਔਰ ਇਸ ਰਾਏਸ਼ੁਮਾਰੀ ਚ ਤੁਸ ਜਿਹਨੇ ਜ਼ਰੂਰਤ ਪਈ ਪਾਰਟੀ ਕੀ ਤੁਸੀਂ, ਤੇ ਤੁਸੀਂ ਪਾਰਟੀ ਕੋਲੋਂ ਛੋੜੀ ਆਪਣੇ ਆਪਣੇ ਹੋਈ ਹੈ, ਪਾਰਟੀ ਤੁਹਾਡੀ ਮਾਂ ਹੈ, ਤੇ ਜਿਹਨੇ ਮਾਂ ਹੀ ਜ਼ਰੂਰਤ ਪਈ ਪੁੱਤਰੇ ਦੀ, ਪਹਿਲੇ ਪੁੱਤਰ ਕੀ ਪਾਲਿਆ, ਪੈਦਾ ਕੀਤਾ, ਪਾਲਿਆ, ਪੋਸਿਆ, ਚੱਲਣਾ ਸਿਖਾਇਆ, ਪੜ੍ਹਨਾ ਸਿਖਾਇਆ, ਬੋਲਣਾ ਸਿਖਾਇਆ, ਔਰ ਜਿਸ ਵੇਲੇ ਵਾਰੀ ਆਈ ਤੁਸੀਂ ਕਿ ਮਾਂ ਦੀ ਸੇਵਾ ਕਰਨੀ ਹੀ, ਤੇ ਤੁਸੀਂ ਫਰੰਟ ਹੋਈ ਹੈ, ਤੁਸੀਂ ਆਖਾ ਦਿਓ, ਤੁਸੀਂ ਮਾਂ ਪਰ ਸ਼ੱਕ ਕਰਦੇ ਹੋ, ਮਾਂ ਹੀ ਗਾਲਾ ਕੱਢਾ ਦਿਓ, ਬੀਜੇਪੀ ਮੁੜਦਾ ਬਾਅਦ ਆਖਾ ਦੇਣਾ,
ਤੋ ਇਹ ਇੱਕ ਸਟੈਂਡ ਰੱਖਣਾ ਪੈਣਾ ਹੀ ਨਹੀਂ, ਨਾ ਕੋ ਸਿਰ ਹੈ ਨਾ ਕੋ ਪੈਰ ਹੈ ਨਾ ਆਗਾ ਨਾ ਪਿੱਛਾ। ਮੈਂ ਬਾਰ ਬਾਰ ਆਖਾਂ ਕਿ ਖਾਸ ਕਰ ਘੋਗੜ ਮਰ ਬੈਸਟਰ ਸੰਦੂਕੜੀ ਇੰਦੇ ਲਈ ਬਸ ਕਰੀ ਦਿਓ, ਕੋਈ ਵੋਟ ਨਹੀਂ ਜਾ ਆਏ ਨਹੀਂ, ਕਿਉਂਕਿ ਨਾ ਕਦੇ ਆਏ ਤੇ ਨਾ ਕੇ ਕਦੇ ਆਉਣਾ। ਹੋ ਸਕਦਾ ਉਸ ਦਿਨ ਏਜੰਟ ਕੋ ਦਊ ਬਿਠਾਈ ਉਡੋ, ਨਹੀਂ ਕਦੇ ਬਿਠਾਈ ਉਡੋ, ਲੇਕਿਨ ਨਾ ਕਦੇ ਆਏ। ਲਿਖੀ ਲਿਓ ਮੇਰੀ ਗੱਲ ਉੱਥੇ, ਨਾ ਕਦੇ ਨੇ ਆਉਣਾ ਇੱਥੇ, ਔਰ ਨਾ ਇਹ ਨਹੀਂ ਪਤਾ ਇਹਨੇ ਕੀ ਸਹੀ ਵਿਚਾਰੀਆਂ ਫਟੋਲਾ ਕੁੱਥੇ, ਇਹਨੇ ਕੀ ਸਹੀ ਕਬੂਆ ਕੁੱਥੇ, ਇਹਨੇ ਕੀ ਸਹੀ ਸਲੈਂਗ ਕੁੱਥੇ ਵਿਚਾਰੇ, ਇਹਨੇ ਕੀ ਸਹੀ ਬਾਈਲੈਂਡ ਕੁੱਥੇ, ਇਹਨੇ ਕੀ ਸਹੀ ਸ਼ਾਲਸਰ ਕੁੱਥੇ ਤੇ ਘੋਗਰ ਬਾਲ ਠਾਕੁਰ ਦੁਆਰਾ ਕੁੱਥੇ। ਇਹਦੇ ਦੀਆਂ ਕਹਾਣੀਆਂ ਰਵਾਰ ਪਾਰ ਦੀ ਸਨਾਨ ਆਏ ਦਿਨ ਉੱਥੇ ਚੁਟਕਲੇ ਸਨਾਨ ਆਏ ਦਿਨ। ਔਰ ਇੱਕ ਹੋਰ ਗੱਲ, ਇਹਨੇ ਆਖਿਆ ਕਿ ਇਹਨੇ ਬਗਾਵਤ ਨਹੀਂ ਕੀਤੀ ਉਧਮਪੁਰ ਦਾ, ਜਿਹੜਾ ਮੈਂ ਕੱਲ ਵੀ ਗੱਲ ਕੀਤੀ ਤੁਸੀਂ ਸਾਰੇ ਸੁਣੀ ਹੋਣੀ, ਜਿਹੜਾ ਉਹ ਬਜਰੀ ਤੇ ਰੇਤੇ ਵਾਲਾ ਮਾਫੀ ਹੈ ਨਾ, ਜਿਹੜਾ ਅੱਜ 19 ਰੁਪਏ ਰੇਟ ਹੈ ਬਜਰੀ ਦੀ, ਅਸੀਂ 36 ਰੁਪਏ ਮਿਲਦੀ ਹੈ। ਇੱਕ ਟਿੰਬਰ ਮਾਫੀ ਹੈ, ਉਹ ਖੈਰੇ ਦੀ ਚੋਰੀ ਕਰਨ ਵਾਲੇ ਡਾਕੂ ਨੂੰ ਪਤਾ ਤੁਸੀਂ, ਇੱਕ ਆਈ ਆ ਲੱਕੜੀ ਮਾਫੀ ਆ, ਇੱਕ ਆਈ ਆ ਟਿੰਬਰ ਮਾਫੀ ਆ, ਇੱਕ ਆਈ ਆ ਸ਼ਰਾਬ ਮਾਫੀ ਆ। ਸ਼ਰਾਬ ਦੀ ਦੁਕਾਨਾਂ ਲੈਣੀਆਂ, ਗੰਦੀ ਸ਼ਰਾਬ ਵੇਚਣੀ ਹੈ, ਰੇਟ ਕੋਲੋਂ ਉੱਪਰ ਵੇਚਣੀ ਹੈ, ਲੋਟੀ ਕਰਨੀ, ਇਹ ਤਰ੍ਹਾਂ ਮਾਫੀਆ ਨੇ ਨੀ ਤਿਆਰ ਕੀਤੇ ਦਾ ਉੱਥੇ। ਇਹ ਨੇਤਾ ਵੀ ਉਹਦੇ ਤਰ੍ਹਾਂ ਮਾਫੀਆ ਦੇ ਗਏ ਉੱਥੇ, ਕੋਈ 9 ਨੰਬਰ ਚ ਕੁਛ ਨੇ ਦੋ ਦੋ ਕਤਲ ਕੀਤੇ ਦੇ, ਕਿਤੇ ਨੀ ਕਿ ਨਹੀਂ ਕੀਤੇ ਦੇ ਉੱਥੇ। ਤੋਂ ਕਿਹਾ ਉਹ ਭਾਈ ਉਹਦੀ ਕੋਈ ਰਿਸ਼ਤੇਦਾਰ ਵੀ ਲੱਭੀ ਹਾਂ ਪਿੱਛੇ, ਕੋਈ ਬਹਿਸ ਕਰਾ ਦੀ ਹਾਂ ਪਿੱਛੇ ਸਾਰੇ ਕਹਿੰਦੇ ਨਾ, ਉਹ ਆਇਆ ਭਾਈ ਸਾਡੇ ਪਾਰੇ ਦਾ ਕੁਦਰਤ ਤੋ ਆਇਆ ਸਾਡੇ ਕੋਲ, ਉਸ ਲਈ ਅਸੀਂ ਵੀ ਆਖਿਆ ਪਾਰਟੀ ਕੀ ਭਾਈ ਮਦਦ ਕਰੋ ਨਾ। ਉਹ ਗਲਾਦ ਹਮਾਰੇ ਬ੍ਰਹਮਦੱਤ ਹੋਈ, ਤੋ ਮੇਰਾ ਖਿਆਲ ਹੈ ਇਸ ਇਲਾਕੇ ਦੀ ਰੀਤੀ ਰੀਤੀ ਸਮਝਦਾ ਨਹੀਂ ਹੈ, ਤੁਹਾਡੇ ਬੜੇ ਘੱਟ ਲੋਕ ਹੀ ਪਤਾ ਹੋਣਾ, ਪੁਰਾਣੇ ਲੋਕ ਹੀ ਪਤਾ ਕਿ ਮੇਰੇ ਪਿਤਾ ਜੀ ਨੇ ਜਦੋਂ ਉਹ ਮੰਗਤੂ ਮਰਡਰ ਕੇਸ, ਸਹੀ ਹੈ ਕੁਛ ਹੀ ਪੁਰਾਣਾ ਹੀ ਮੰਗਤੂ ਮਰਡਰ ਕੇਸ, ਉਹ ਕੇਸ ਜਿਹੜਾ ਬਰਾਮਦ ਕੀਤਾ ਹੁਣ ਅੱਗੇ ਫਿਰ ਉਸੀ ਆਖਦੇ ਬ੍ਰਹਮਦੱਤ, ਫਿਰ ਉਹਨੇ ਉਹਦਾ ਸੰਘਰਸ਼ ਲੜਿਆ। ਲੇਕਿਨ ਬ੍ਰਹਮਦੱਤ ਉਹਦੇ ਬਾਅਦ ਰਾਮਨਗਰ ਹੋਈ ਪਹਿਲੇ, ਜਦੋਂ 14 ਵਰੇ ਦਾ ਨਿਸੋਤਲ ਪੜੀ ਦਾ ਮੁੰਡਾ ਸੇਰ ਮੰਜਲਾ ਜਿਹੜਾ ਜਿੰਦਾ ਜਲਾਈ ਦਿੱਤਾ। ਬ੍ਰਹਮਦੱਤ ਅਸ਼ੋਕ ਕੁਮਾਰ ਸ਼ਰਮਾ ਹੁੰਦੀ ਹੋਈ ਮਾਰੀਏ ਸੁੱਟੀ ਤਾਂ ਲੱਤਾਂ ਭੰਨੀ ਦਿੱਤੀ, ਉਹ ਉਸੀ ਆਖਣ ਬ੍ਰਹਮਦੱਤ ਉਸੇ ਦੀ ਪਾਰਟੀ ਨੇ ਕੀਤੀ ਦੀ ਹੈ, ਪ੍ਰਿੰਸੀਪਲ ਸਾਹਿਬ ਨੇ ਉਸੇ ਲੈਕਚਰ ਅਸ਼ੋਕ ਅਸ਼ੋਕ ਉਸੀ ਆਖਦੇ ਬ੍ਰਹਮਦੱਤ ਤੁਸੀਂ ਆਗੇ ਇਹ ਕਮਿਊਨਿਟੀ ਕੀ ਦੇਖੋ ਬ੍ਰਾਹਮਣ ਪੂਜਨੀ ਹੈ ਔਰ ਬ੍ਰਾਹਮਣ ਬਰਾਦਰੀ ਦੇ ਜਾਂ ਬ੍ਰਾਹਮਣ ਮਾਨੀ ਪੰਡਿਤ ਜੀ ਦੇ ਉਹਦੇ ਆਸ਼ੀਰਵਾਦ ਦੇ ਬਿਨਾਂ ਕੁਛ ਵੀ ਨਹੀਂ ਬਣਦਾ। ਔਰ ਅਸੀਂ ਨਿੱਕੀ ਨਿੱਕੀ ਗੱਲ ਵੀ ਆਖਦੇ ਪੰਨ ਤੋਂ ਨਹੀਂ ਪੁੱਛਿਆ ਨਹੀਂ ਪੁੱਛਿਆ, ਤੋ ਐਸਾ ਕਿ ਇਹ ਸਭ ਪੂਜਨੀ ਸਾਰੇ ਸਾਰੇ ਨੇ ਪੂਜਨੀ ਹਨ, ਲੇਕਿਨ ਕੋਈ ਬ੍ਰਾਹਮਣ ਬਰਾਦਰੀ ਕੀ ਵੋਟ ਬੈਂਕ ਆਪਣਾ ਸਮਝੇ, ਕਿਸੇ ਨੂੰ ਵੋਟ ਬੈਂਕ ਨਹੀਂ ਹੈ ਕਮ ਸੇ ਕਮ। ਔਰ ਉਸੀ ਵੀ ਬ੍ਰਾਹਮਣ ਬਰਾਦਰੀ ਦੀ ਵੀ ਉਸੇ ਲਈ ਆ ਰਿਹਾ ਕਿ ਜ਼ਿਲ੍ਹੇ ਚੁਣਾਵ ਲੜਨਾ, ਭਾਈ ਪਹਿਲੇ ਵੀ ਤੂੰ 35 ਬ੍ਰਾਹਮਣ ਪਰਿਵਾਰ ਕੇ ਦੱਸਿਆ ਜਿੰਨਾ ਕੰਮ ਕੀਤਾ ਹੋਵੇ, ਭਾਈ 35 ਤਰੱਕੀ ਦਾ ਕੰਮ ਦੱਸੋ, 35 ਬ੍ਰਾਹਮਣ ਪਰਿਵਾਰ ਦੱਸੋ ਜਿੰਨਾ ਕੰਮ ਕੀਤਾ ਹੋਵੇ, 35 ਬਾਰੇ ਇੱਕ ਸਾਲ ਲੈ ਕੇ ਕਰੋ ਉੱਥੇ। ਕਦੇ ਕਿਸੇ ਨੇ ਨਮਸਤੇ ਦਾ ਜਵਾਬ ਨਹੀਂ ਦਿੱਤਾ, ਕਦੇ ਕਿਸੇ ਨੇ ਗੱਲ ਨਹੀਂ ਕੀਤੀ, ਕਦੇ ਕਿਸੇ ਦਾ ਫੋਨ ਨਹੀਂ ਚੁੱਕਿਆ ਉੱਥੇ। ਤੋ ਇਸ ਕਿਸਮ ਦੇ ਪ੍ਰਭਾਵ ਕਰੇ, ਮੇਰਾ ਛੋਟਾ ਜਿਹਾ ਉਮੀਦ ਹੈ, ਇੱਕ ਅਨੁਰੋਧ ਹੈ ਤੁਸੀਂ ਕਿ ਕੋਈ ਡਾਊਟ ਨਹੀਂ, ਕੋਈ ਸ਼ੱਕ ਨਹੀਂ, ਕੋਈ ਸ਼ੋਭਾ ਨਹੀਂ, ਇੱਕ ਤਰਫ ਵੋਟ ਪਾਣਾ ਔਰ ਭਾਰਤੀ ਜਨਤਾ ਪਾਰਟੀ ਕੀ ਪਾਣਾ, ਆਪਣੇ ਵਾਸਤੇ ਪਾਣਾ, ਆਪਣੇ ਇਲਾਕੇ ਦੇ ਵਿਕਾਸ ਵਾਸਤੇ ਪਾਣਾ, ਆਪਣੇ ਇੱਕ ਅੱਛੇ ਕੱਲ ਵਾਸਤੇ ਪਾਣਾ। ਤੋ ਮੈਂ ਫਿਰ ਦੁਬਾਰਾ ਪਿਛਲੀ ਵਾਰੀ ਵੀ ਗਲਾਈ ਆ ਭਾਈ, ਤੋ ਮੈਂ ਤੇ ਭਾਈ ਪੱਕੀ ਗੱਲ ਕਰਨ ਆਇਆ ਨਾ, ਮੈਂ 2 ਸਾਲ 11 ਮਹੀਨੇ ਗੜਿਆ, ਲੇਕਿਨ ਇਹ ਪਾਣੀ ਦੀ ਸਕੀਮ, ਪਿੰਗਰ ਵਾਲੀ ਸੜਕ, ਬਨਵਾਲ ਪਿੰਗਰ ਵਾਲੀ ਸੜਕ ਵੇਰੀ ਗਏ, ਅਜੇ ਅਸੀਂ ਵਧਾਉਣਾ ਹੈਗੇ ਸ਼ਾਲਸਰ ਵਾਲੀ ਸਕੀਮ ਤੁਹਾਡੀ, ਪੂਲੇ ਵਾਲੀ ਵੀ ਤੇ ਪਾਣੀ ਵਾਲੀ ਵੀ, ਪਿੰਗਰ ਹਾਈ ਸਕੂਲ
ਇਹ ਮੇਰੀ ਕੀ ਤੁਸੀਂ ਆਖੋ ਇੱਕ ਮੇਰਾ ਕਿ ਮਿਸ਼ਨ ਆ ਅੱਜ ਇਸ ਤਰ੍ਹਾਂ ਪਹਿਲਾ 12ਵੀਂ ਸਕੂਲ ਖੋਲਿਆ ਮੈਂ ਰੰਗ ਵਾਲਾ ਮੇਰਾ ਪਲੈਨ ਹੈ ਕਿ ਹੋਰ 12ਵੀਂ ਸਕੂਲ ਖੋਲਣ ਮੇਰਾ ਪਲੈਨ ਹੈ ਕਿ ਸੜਕ ਕੀ ਸੀ ਰੋਡ ਪਾਰ ਕਰਨਾ ਜਿਹੜੀ ਮਨਵਾਲ ਕੋਲ ਆਉਂਦੀ ਹੈ ਤਾਂ ਮੈਂ ਤਾਂ ਵੀ ਪੱਕੀ ਗੱਲ ਕਰਨ ਆਇਆ ਨਾ ਤੇ ਵੀ ਉਮੀਦ ਹੈ ਬੈਸਤੇ ਵਾਲੇ ਵੀ ਪੱਕੀ ਗੱਲ ਕਰਨ ਪੱਕੀ ਹੈ ਸਾਰਿਆਂ ਦੀ ਤਰਫਾ ਮਾਤਾ ਜੀ ਪੱਕੀ ਹੈ ਫੁੱਲ ਯਾਦ ਰੋਕ ਸਾਰੇ ਪੱਕੀ ਹੈ ਮੈਂ ਵੀ ਹੱਥ ਖੜੇ ਕਰੋੜੇ ਬਾਈ ਤੇ ਹੁਣ ਇਹ ਗੱਲਾਂ ਦਾ ਖਿਆਲ ਰੱਖੋ ਕਿ ਵੋਟ ਕੋ ਬਾਹਰ ਨਹੀਂ ਜਾਣਾ ਚਾਹੀਦਾ ਉੱਥੇ ਬਿਲਕੁਲ ਬਣੇ ਕੋਈ ਗੱਲ ਬਿਲਕੁਲ ਬਣੇਗਾ ਕੋਈ ਐਸੀ ਗੱਲ